ਸਤਿ ਸ਼੍ਰੀ ਅਕਾਲ ਜੀ ਸਰਨ ਇੰਗਲਿਸ਼ ਵੋਕੈਬਲਰੀ ਅੰਗਰੇਜ਼ੀ ਸ਼ਬਦ ਕੋਸ਼ ਦਾ ਭਾਗ 55 ਲੈ ਕੇ ਹਾਜ਼ਰ ਅੱਜ ਦੇ ਇਸ ਭਾਗ ਵਿੱਚ ਅਸੀਂ ਸਿਨੋਨਿਮਸ ਕਰਾਂਗੇ ਤੇ ਵਰਡ ਓਵਰ ਟਾਈਮ ਯਾਨੀ ਕਿ ਜਿਹੜਾ ਸਮਾਸ ਸ਼ਬਦ ਹੈ ਉਹਦੇ ਸਮਾਨਾਰਥਕ ਸ਼ਬਦ ਸਮਝਾਂਗੇ ਸੋ ਟਾਈਮ ਨੂੰ ਪੰਜਾਬੀ ਦੇ ਵਿੱਚ ਸਮਾਂ ਕਿਹਾ ਜਾਂਦਾ ਤੇ ਇਹਦੇ ਜਿਹੜੇ ਸਿਨੋਨਿਮ ਉਹ ਆ ਜਾਂਦਾ ਪੀਰੀਅਡ ਟਰਮ ਆ ਜਾਂਦਾ ਇੰਟਰਵਲ ਆ ਜਾਂਦਾ ਫੇਜ ਆ ਜਾਂਦਾ ਸਪੈਨ ਆ ਜਾਂਦਾ ਪੀਰੀਅਡ ਆਫ ਟਾਈਮ ਆ ਜਾਂਦਾ ਡੂਰੇਸ਼ਨ ਆ ਜਾਂਦਾ ਟਾਈਮ ਲਾਈਨ ਆ ਜਾਂਦਾ ਵਾਇਲ ਆ ਜਾਂਦਾ ਸੀਜ਼ਨ ਆ ਜਾਂਦਾ ਮੂਮੈਂਟ ਆ ਜਾਂਦਾ ਪੁਆਇੰਟ ਆਫ ਟਾਈਮ ਆ ਜਾਂਦਾ ਇੰਸਟੈਂਸ ਆ ਜਾਂਦਾ ਤੇ ਆਰ ਆ ਜਾਂਦਾ ਸੋ ਇਹਦੇ ਜਿਹੜੇ ਸਿਨੋਨਿਮ ਹੈ ਜੀ ਉਹ ਆ ਜਾਂਦਾ ਆਰ ਇੰਸਟੈਂਸ ਪੁਆਇੰਟ ਆਫ ਟਾਈਮ ਮੂਮੈਂਟ ਸੀਜ਼ਨ ਵਾਇਲ ਟਾਈਮ ਲਾਈਨ ਡੂਰੇਸ਼ਨ ਪੀਰੀਅਡ ਆਫ ਟਾਈਮ ਸਪੈਨ ਫੇਜ ਇੰਟਰਵਲ ਟਰਮ ਤੇ ਪੀਰੀਅਡ ਇਹ ਸਾਰੇ ਇਹਦੇ ਕੀ ਆ ਜਾਂਦੇ ਜੀ ਸਿਨੋਨਿਮ ਆ ਜਾਂਦੇ ਸੋ ਧੰਨਵਾਦ